ദൈവം മാതാ ഒരു ദൈവം പിതാ ഒരു ഭൂമിയോ ദൈവതായി പാത്രമേ ആവേക്ക് ജയകാര ഉന്നതിയോ സ്ലാബ് ജയ ദൈവിച്ചു
ਜਦੋਂ ਅਸੀਂ ਵੀ ਛੋਟੇ ਛੋਟੇ ਹੁੰਦੇ ਸੀ ਪਿੰਡਾਂ ਦੇ ਵਿੱਚ ਟੰਕੀਆਂ ਲੱਗਦੇ ਸੀ ਨਾ, ਮੇਰਾ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੀ ਲਾ ਕੇ ਬੜਾ ਮੁਬਾਰਕ ਦਿਨ ਹੈ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਜਨਮ ਦਿਨ ਹੈ ਔਰ ਕਥੂਆ ਕੀ ਸੰਗਤੋਂ ਨੇ ਇਸ ਜਨਮ ਦਿਨ ਕੀ ਕਾਮਯਾਬੀ ਕੇ ਲੀਏ ਬੜਾ ਉਪਰਾਲਾ ਕੀਆ ਹੈ। ਕਈ ਦਿਨੋਂ ਸੇ ਪ੍ਰਭਾਤ ਫੇਰੀਆਂ, ਕਈ ਦਿਨੋਂ ਸੇ ਸਤਸੰਗ ਆਯੋਜਿਤ ਕਰ ਰਹੇ ਹਨ ਔਰ ਹਮਾਰੇ ਮਹਾਨ ਸੁਬਹ ਸੇ ਇਸਕਾ ਪ੍ਰੋਗਰਾਮ ਕੀ ਕਾਮਯਾਬੀ ਕੇ ਲੀਏ ਕੀਰਤਨ ਸਤਸੰਗ ਔਰ ਪਾਠ ਹੋ ਰਹੇ ਹਨ। ਹਮ ਕਿਆ ਬੋਲੇ ਔਰ ਕਿਆ ਨਾ ਬੋਲੇ, ਗੁਰੂ ਮਹਾਰਾਜ ਕੀ ਜੀਵਨੀ ਪਰ ਬੋਲਣੇ ਕੇ ਲੀਏ ਹਮਾਰੀ ਜੀਭਾ ਜੋ ਹੈ ਵੋ ਕਾਸਰ ਹੈ, ਇਨਕੇ ਗੁਣ ਇਨਕੀ ਬਰਕਤੇ ਇਨਕੀ ਕੁਰਬਾਨੀਆਂ ਇਤਨੀ ਬੜੀ ਹੈ ਕਿ ਸਵਾਏ ਪਰਮਾਤਮਾ ਕੇ ਇਨਕੇ ਗੁਣ ਕੋਈ ਨਹੀਂ ਗਾ ਸਕਦਾ, ਹਮ ਤੋ ਸਿਰਫ ਉਨਕੇ ਅਨੁਯਾਈ ਹੈ, ਉਨਕੇ ਫਾਲੋਅਰ ਹੈ। ਜੋ ਦਰਸ ਹਮੇ ਉਨ੍ਹੋਂਨੇ ਦੀਆ ਹੈ ਉਸ ਦਰਸ ਕੋ ਹੀ ਹਮ ਅਗਰ ਉਨਕੀ ਏਕ ਹੀ ਸ਼ਬਦ ਕੋ ਵੀ ਆਪਣੇ ਦਿਮਾਗ ਮੈਂ ਡਾਲ ਲੇ ਤੋ ਜੀਵਨ ਜੋ ਹੈ ਉਸ ਕਾਇਆ ਕਲਪ ਹੋ ਜਾਤੀ ਹੈ। ਇਸ ਲਈ ਆਜ ਸੇ 645 ਸਾਲ ਬਰਸ ਪਹਿਲੇ ਜੋ ਹਾਲਤ ਥੀ ਬੜੀ ਕਾਬਲੇ ਰਹਿਣ ਥੀ ਔਰ ਇਹ ਜੋ ਪਰਿਵਰਤਨ ਆਇਆ ਹੈ ਇਹ ਇਨ ਗੁਰੂਆਂ ਔਰ ਸੰਤੋ ਔਰ ਮਹਾਤਮਾ ਕੀ ਅਧਿਆਤਮਿਕ ਸਿੱਖਸ਼ਾ ਔਰ ਸਮਾਜਿਕ ਬੇਦਾਰੀ ਕਾ ਜੋ ਬਿਗਲ ਉਹਨੇ ਬਜਾਇਆ ਜੀ ਉਸਕਾ ਪਰਿਣਾਮ ਹੈ। ਆਓ ਹਮ ਸਭ ਲੋਕ ਮਿਲ ਕੇ ਇਕੱਠੇ ਹੋ ਕੇ ਗੁਰੂ ਰਵਿਦਾਸ ਮਹਾਰਾਜ, ਗੁਰੂ ਕਬੀਰ ਸਾਹਿਬ ਜੀ ਮਹਾਰਾਜ, ਬਾਬਾ ਨਾਨਕ ਜੀ ਮਹਾਰਾਜ ਔਰ ਦਿਗਰ ਸੰਤੋਂ ਕੇ ਬਾਣੀ ਕੋ ਸੁਣਦੇ ਹੋਏ ਆਪਣੇ ਜੀਵਨ ਮੇਂ ਪਰਿਵਰਤਨ ਲਾਏ ਔਰ ਸਮਾਜ ਸੁਧਾਰ ਮੇਂ ਆਪਣਾ ਜੀਵਨ ਦੇ। ਔਰ ਇਹ ਵੀ ਗੁਜ਼ਾਰਿਸ਼ ਕਰਤਾ ਹੂੰ ਕਿ ਹਮਾਰੇ ਸਭਾ ਕੇ ਲੋਗੋਂ ਨੇ ਕਮੇਟੀ ਨੇ ਜੇ ਗੇਟ ਬਣਾਇਆ ਹੈ ਮਿਹਨਤ ਕਰਕੇ ਇਸਕੋ ਖੂਬਸੂਰਤ ਬਣਾਉਣ ਕੇ ਲੀਏ ਹਮੇਂ ਸਹਿਯੋਗ ਦਿਆ ਜਾਏ ਤਾਂ ਕਿ ਇਸਕੋ ਹਮ ਐਸਾ ਗੇਟ ਪੇਸ਼ ਕਰੇ ਕਿ ਜਿਤਨੇ ਵੀ ਹਮਾਰੇ ਸਾਥੀ ਹੈ ਯਹਾਂ ਪਰ ਆਉਣੇ ਵਾਲੀ ਸੰਗਤੇ ਹੈ ਵੋ ਇੱਜ਼ਤ ਸੇ ਆਏ ਇੱਜ਼ਤ ਸੇ ਜਾਏ ਔਰ ਵਹਾਂ ਪਰ ਬੈਠੇ। ਇਨ੍ਹੀਂ ਸ਼ਬਦੋਂ ਕੇ ਸਾਥ ਜੈ ਗੁਰੂਦੇਵ, ਜੈ ਗੁਰੂ ਰਵਿਦਾਸ ਜੀ ਮਹਾਰਾਜ। ਚਾਹੂੰਗਾ ਮੇਰੇ ਸਾਥ ਖੜੇ ਹੈ ਭਾਜਪਾ ਕੇ ਸਾਬਕਾ ਜ਼ਿਲ੍ਹਾ ਅਧਿਕਸ਼ ਪ੍ਰੇਮ ਨਾਥ ਡੋਗਰਾ ਜੀ ਔਰ ਸਾਰੀ ਸੰਗਤ। ਤੋ ਜੈਸਾ ਕਿ ਆਪ ਸਭ ਕੋ ਪਤਾ ਹੈ ਕਿ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 645ਵਾਂ ਜਨਮ ਦਿਨ ਪੂਰੇ ਹਿੰਦੁਸਤਾਨ ਮੇਂ ਬੜੀ ਧੂਮਧਾਮ ਸੇ ਮਨਾਇਆ ਜਾ ਰਿਹਾ ਹੈ। ਤੋ ਆਜ ਸੇ ਤਕਰੀਬਨ 650 ਸਾਲ ਪਹਿਲੇ ਕਾਸ਼ੀ ਬਨਾਰਸ ਮੇਂ ਉਨਕਾ ਜਨਮ ਹੁਆ ਥਾ। ਤੋ ਗੁਰੂ ਜੀ ਕਾ ਅਜਿਹੀ ਸੰਦੇਸ਼ ਹੈ ਕਿ ਉਹਨੇ ਊਂਚ ਨੀਚ ਕੋ ਦੂਰ ਕਰਨੇ ਮੈਂ ਔਰ ਏਕਤਾ ਭਾਈਚਾਰਾ ਆਪਸ ਮੇਂ ਮੇਲ ਮਿਲਾਪ ਸੇ ਰਹਿਣੇ ਕਾ ਔਰ ਗੁਰੂ ਜੀ ਕੇ ਬਹੁਤ ਸੇ ਐਸੇ ਵੋ ਹੈ ਕੰਮ ਕਰਤੇ ਥੇ। ਤੋ ਕੁਛ ਲੋਕ ਜਾ ਰਹੇ ਥੇ ਗੰਗਾ ਸਨਾਨ ਕਰਨੇ ਕੇ ਲੀਏ ਤੋ ਗੁਰੂ ਜੀ ਨੇ ਜਬ ਉਹਨਾਂ ਦੇ ਕਿਹਾ ਕਹਾਂ ਜਾ ਰਹੇ ਹੋ, ਉਹਨਾਂ ਕਿਹਾ ਗੰਗਾ ਸਨਾਨ, ਉਹਨਾਂ ਕਿਹਾ ਹਰ ਪੂਰਨਿਮਾ ਕੋ ਆਪ ਗੰਗਾ ਸਨਾਨ ਕਰਨ ਕੇ ਲਈ ਜਾਤੇ ਹੋ ਤੋ ਐਸੇ ਕਰਨਾ ਵੀ ਮੇਰਾ ਵੀ ਕੁਛ ਜੈਸੇ ਡੋਗਰਾ ਜੀ ਨੇ ਬੋਲਾ ਦਮੜੀ ਦੀ ਉਹਨਾਂ ਨੇ ਔਰ ਦਮੜੀ ਜੋ ਉਹਨਾਂ ਕਿਹਾ ਜੇ ਦਮੜੀ ਗੰਗਾ ਮਈਆ ਕੋ ਅਰਪਣ ਤਬ ਕਰਨੀ ਹੈ ਜਬ ਗੰਗਾ ਮਈਆ ਆਪਣੀ ਇੱਕ ਚੂੜੇ ਵਾਲੀ ਬਾਂਹ ਬਾਹਰ ਨਿਕਾਲ ਕੇ ਇਸਕੋ ਸਵੀਕਾਰ ਕਰੇਗੀ।
जब वो गए उधर तो उन्होंने बोला, हे गंगा मैया, आपके भक्त रविदास ने आपके लिए भेंट भेजी है। तो गंगा मैया ने तो चूड़े वाली बांह बाहर निकाल के उनको दमड़ी ली और दूसरी बांह बाहर निकाल के अनमोल कंगन दिया। तो कंगन जो लोग थे वो लालची हो गए, उन्होंने रविदास को ये नहीं बताया। तो उन्होंने बोला कि ये कंगन बड़ा अनमोल है, तो हम क्यों ना राजा को दे के अपनी गरीबी दूर करें। तो जब वो राजा के पास जाते हैं तो राजा ने कंगन लिया और उसने अपनी महारानी को दिया, और महारानी ने क्या किया, महारानी ने जब डाला उसको, उन्होंने बोला राजा जे एक में दो होने चाहिए, दूसरी बांध मेरी खाली है। हैं, तो राजा ने बुलाया उसको जिसने दिया था, फिर ये एक कंगन है, एक इसी किस्म का कंगन एक और चाहिए। तो जब वो सुनार की दुकान पर तो मिलता नहीं था, अनमोल था, तो उन्होंने बुलाया उसको, तो ये कहाँ से लिया आपने, वो क्या बोले। उन्होंने बोला भी सुबह तक एक कंगन इसी किस्म का एक और चाहिए, नहीं तो सवेरे तक तेरा जरा पूरा टपरा दिए, पूरे टपरा समेत कहानियाँ पीड़ी देंगे। वो बड़ा परेशान हो गया। फिर जो रविदास के पास जाता है, अरे मेरे से गलती हो गई, तो रविदास ने बोला कोई बात नहीं। उधर राजा भी आया उधर, तो जो जहाँ पर वो चमड़े का काम करते थे, तो उधर से जो एक पत्थर की शिला होती थी, रविदास ने वो उठाई, तो नीचे से गंगा मैया बह रही है और लाखों की तादाद में वो कंगन है ना, जो वो कंगन बह रहे हैं। तो रविदास ने बोला राजा जो इसके मेल का है वो ले लो। क्या कंगन लेना था, और राजा की आंखें खुल गई, उसके चरणों में गिर गया और उसने उससे गुरु दक्षिणा ली। यही गुरु जी ने बड़े कारनामे किए हैं, तो मैं पूरे कठुआ वासियों को, पूरे देशवासियों को यही संदेश देना चाहूँगा कि गुरु रवि ने, रविदास जी ने जो कार्य किए, जो उनका संदेश है, वो उस पर चलें और ऊंच नीच से दूर रहें, और एकता और भाईचारे का उनका संदेश है तो उस पर अमल करें। आज संत शिरोमणि गुरु रविदास जी की जयंती पर बड़ी बड़ी सारे की बधाई, और मैं एक गल आखा कि जिले भी इंसान धरती के उपर इंसान इंसान कन्नै भेद करता, पखंड अड़म्बरबाजी च पई जांदा, तो इंसान जिहड़ा भगवान है कुसै ना कुसै इंसान की अपने रूप च भेजदा, और जिहड़ा सानूं इक संदेश दिंदे। गुरु रविदास जी ने गोर गरीबी विच जीवन बतीत किया, लेकिन जिहड़ा अपना निष्ठा हा, जिहड़ा भगवान के प्रति लगनी, समाज की समझाने का जिहड़ा काम हा, वह नहीं छड्डिया। एक बार की गल है कि जिले बनारस का जिहड़ा राजा है, बाद च उन कुत्ता उन्हें कोल आखिया भी एक तुहाड़े कोल सिद्ध मूर्ति है, तो अगर तुम इस मूर्ति मिगी दे दिओ तो मैं तुम्हें इन्ना सोना देना जिन्ना झोंपड़े च। तो उन्हें एक श्लोक बोलिया कि एक ही मोरे राम, एक ही मोरी आसा, वो धन चली ही, ये धन रही, ना कहे भक्त रदासा। इस वास्ते मैं आखना ऐसे लोगें भी जिन्हें इन्हें पूजने, इन्हें काम की अनुसरण करना, कि ईश्वर की प्राप्ति ताइया होनी है। फिर पूरे लोगें गुरु रविदास जी गुरु मनिया, इस वास्ते ना कोई जाति कन्नै, ना कोई अपने काम कन्नै बड़ा निक्का है, वो अपनी जेड़े विचार ने, जेड़े अंदर निष्ठा है, वो उसकी सफाई करने की लोड़ है। बहुत बहुत धन्यवाद।